ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਇਸ ਵਿੱਚ ਦਵਾਂਗੇ ਆਪਾਂ ਤੁਹਾਡੇ ਕੁਝ ਇੰਪੋਰਟੈਂਟ ਕਮੈਂਟਸ ਦਾ ਰਿਪਲਾਈ ਸੋ ਜਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਜਾ ਰਹੇ ਆ ਅੱਜ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੈਸਟ ਆਫ ਲੱਕ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਵੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਵੋ ਜੀ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਇਸ ਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਹਾਂਜੀ ਪਹਿਲਾ ਕਮੈਂਟ ਜਿਹੜਾ ਮੈਂ ਸਿਲੈਕਟ ਕੀਤਾ ਸੀ ਇਹਦੇ ਵਿੱਚ ਇੱਕ ਬੱਚੇ ਨੇ ਪੁੱਛਿਆ ਸੀਗਾ ਕਿ ਜਰਨਲ ਦਾ ਕੋਈ ਕਾਸਟ ਸਰਟੀਫਿਕੇਟ ਹੁੰਦਾ ਵਾ ਦੇਖੋ ਜੀ ਇਹ ਇਦਾਂ ਦੇ ਕੁਐਸਚਨ ਜਨਰਲ ਦਾ ਕੋਈ ਸਰਟੀਫਿਕੇਟ ਨਹੀਂ ਹੁੰਦਾ ਹੈਗਾ ਮੈਂ ਕਾਫੀ ਵਾਰ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੱਸ ਚੁੱਕਿਆ ਹਾਂ ਮੈਂ ਰਿਪਲਾਈ ਵੀ ਬਹੁਤ ਬੱਚਿਆਂ ਨੂੰ ਕਰ ਚੁੱਕਿਆ ਹਾਂ ਬਹੁਤ ਬੱਚੇ ਇਹੀ ਕਮੈਂਟ ਕਰੀ ਜਾਂਦੇ ਆ ਜਿਹੜੇ ਜਨਰਲ categories ਨੂੰ ਬਿਲੋਂਗ ਕਰਦੇ ਆ ਜਨਰਲ 11 ਨੂੰ ਕਿ ਜਨਰਲ ਦਾ ਕੋਈ ਕਾਸਟ ਸਰਟੀਫਿਕੇਟ ਹੁੰਦਾ ਕਾਸਟ ਸਰਟੀਫਿਕੇਟ ਜਨਰਲ ਦਾ ਕੋਈ ਨਹੀਂ ਹੁੰਦਾ ਜੀ ਠੀਕ ਆ ਤੁਸੀਂ ਜਨਰਲ 11 ਤੇ ਅਪਲਾਈ ਕੀਤਾ ਵਾ ਬਸ ਠੀਕ ਆ ਤੁਹਾਨੂੰ ਕੁਝ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਆ ਜੀ ਕਲੀਅਰ ਹੋ ਗਈ ਹੋਊਗੀ ਗੱਲ ਤੇ ਨੰਬਰ 2 ਤੇ ਜਿਹੜਾ ਦੂਸਰਾ ਕਮੈਂਟ ਆਇਆ ਵਾ ਇਹ ਕਮੈਂਟ ਕਾਫੀ ਇੰਪੋਰਟੈਂਟ ਆ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਵਾ ਕਿ ਜਿਹੜੀ ਆਪਣੀ ਰਿਜ਼ਰਵੇਸ਼ਨ ਵਾ ਰਿਜ਼ਰਵੇਸ਼ਨ ਆ ਸੀਟਾਂ ਨੇ ਗਿਆ ਐਸ ਸੀ ਆਰ ਐਂਡਓ ਦੀਆਂ ਓਹੋ ਟੋਟਲ 92 ਸੀਟਾਂ ਨੇ ਠੀਕ ਆ ਜੀ ਤੇ ਜਿਹੜੀ ਆਪਣੀ ਓਪਨ ਮੈਰਿਟ ਆ ਉਹਦੇ ਵਿੱਚ 76 ਬੱਚਿਆਂ ਨੂੰ ਬੁਲਾਇਆ ਗਿਆ ਹਨਾ ਨੀਚੇ ਜਿਹੜੀ ਐਸ ਸੀ ਆਰੋ ਉਹਨੇ ਟੋਟਲ ਮੈਂ ਇਹਦਾ ਮੈਂ ਨਾ ਮੈਂ ਕਨਫਰਮ ਕਰਕੇ ਨੈਕਸਟ ਵੀਡੀਓ ਦੇ ਵਿੱਚ ਦੱਸ ਦੂੰਗਾ ਵੈਸੇ ਜੇ 92 ਸੀਟਾਂ ਨੇ ਤਾਂ 92 ਹੀ ਰੱਖੇ ਜਾਣਗੇ ਇਦਾਂ ਨਹੀਂ ਹੁੰਦਾ ਹੁੰਦਾ ਬਈ ਰਿਜ਼ਰਵ ਕੈਟਾਗਰੀ ਚ 76 ਨੂੰ ਬੁਲਾ ਲੈਣਗੇ ਠੀਕ ਹੈ ਜੀ ਬੁલાਏ ਨੇ ਮੇ ਵੀ ਹੋ ਸਕਦਾ ਵਾ ਵੀ ਇਸ ਤੋਂ ਬਾਅਦ ਕੋਈ ਇੱਕ ਅੱਧੀ ਹੋਰ ਲਿਸਟ ਕੱਢ ਦੇਣ ਹੈ ਜਿੱਦਾਂ ای ਡਬਲਯੂ ਐਸ ਦੀ ਲਿਸਟ ਵੀ ਆ ਗਈ ਸੋ ਇਸ ਤਰ੍ਹਾਂ ਹੋ ਸਕਦਾ ਵਾ ਵੀ ਕੋਈ ਹੋਰ ਲਿਸਟ ਆ ਜਾਵੇ ਬਾਕੀ ਜਿੱਦਾਂ ਹੀ ਕੋਈ ਨਵਾਂ ਅਪਡੇਸ਼ਨ ਆਉਂਦਾ ਜਾਂ ਕੋਈ ਲਿਸਟ ਵਗੈਰਾ ਬਾਰੇ ਨੋਟਿਸ ਆਊਗਾ ਆਪਾਂ ਨਾਲ ਦੀ ਨਾਲ ਅਪਡੇਟ ਕਰ ਦਾਂਗੇ ਵੀਡੀਓ ਬਣਾ ਕੇ ਠੀਕ ਹੈ ਜੀ ਸੋ ਨੈਕਸਟ ਕਮੈਂਟ ਸਿਗਾ ਜੀ ਐਪਲੀਕੇਸ਼ਨ ਫਾਰਮ ਵਿੱਚ ਇੱਕ ਲੜਕੀ ਦਾ ਕਮੈਂਟ ਆਇਆ ਸੀਗਾ ਕਿ ਐਪਲੀਕੇਸ਼ਨ ਫਾਰਮ ਵਿੱਚ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਹਾਂਜੀ ਇਹ ਟਰੂ ਹੈ ਕਿ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹਦੇ ਵਿੱਚ ਸਟਾਫ ਨਰਸ ਵਾਲੇ ਚ ਕੋਈ ਵੀ ਐਕਸਪੀਰੀਅੰਸ ਇਹਨਾਂ ਨੇ ਨਹੀਂ ਮੰਗਿਆ ਜਸਟ ਇਹਨਾਂ ਨੇ ਐਨਓਸੀ ਦਾ ਵੇਰਵਾ ਜ਼ਰੂਰ ਦਿੱਤਾ ਹੋਇਆ ਵਾ ਵੀ ਜੇ ਕੋਈ ਬੱਚਾ ਹਨਾ ਪਹਿਲਾਂ ਕਿਸੇ ਅਦਾਰੇ ਵਿੱਚ ਜਾਂ ਗਵਰਨਮੈਂਟ ਅਦਾਰੇ ਚਾਹੇ ਕਿਤੇ ਵੀ ਹਨ ਜੌਬ ਕਰਦਾ ਵਾ ਤਾਂ ਉਹਦੇ ਲਈ ਐਨਓਸੀ ਉਹਦੀ ਐਨਓਸੀ ਜ਼ਰੂਰ ਮੰਗੀ ਆ ਬਟ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਹੈਗਾ ਕਾਫੀ ਸਟੂਡੈਂਟਾਂ ਦੇ ਕਮੈਂਟ ਆਉਂਦੇ ਆ ਕਿ ਐਕਸਪੀਰੀਅੰਸ ਦਾ ਕਾਲਮ ਦਿੱਤਾ ਦੇਖੋ ਜੀ ਜਦੋਂ ਤੁਸੀਂ ਪਰਫਾਰਮੈਂਸ ਡਾਊਨਲੋਡ ਕਰਦੇ ਹੋ ਨਾ ਉੱਥੇ ਦੋ ਪਰਫਾਰਮੈਂਸ ਦਿੱਤੇ ਹੋਇਆ ਇੱਕ ਸਟਾਫ ਨਰਸ ਵਾਲਾ ਇੱਕ ਨੀਚੇ ਪੈਰਾਮੈਡੀਕਲ ਸਟਾਫ ਵਾਲਾ ਪਰਫਾਰਮਾ ਜਿਹੜਾ ਪੈਰਾਮੈਡੀਕਲ ਸਟਾਫ ਵਾਲਾ ਪਰਫਾਰਮਾ ਵਾ ਉਹਦੇ ਵਿੱਚ ਐਕਸਪੀਰੀਅੰਸ ਫਿਲ ਕਰਨ ਵਾਲਾ ਕਾਲਮ ਬਣਿਆ ਸੋ ਕਾਫੀ ਬੱਚੇ ਗਲਤੀ ਨਾਲ ਪੈਰਾਮੈਡੀਕਲ ਸਟਾਫ ਵਾਲਾ ਪਰਫਾਰਮਾ ਡਾਊਨਲੋਡ ਕਰ ਲੈਂਦੇ ਆ ਤੇ ਬਾਅਦ ਚੋ ਕਹੀ ਜਾਂਦੇ ਆ ਜੀ ਐਕਸਪੀਰੀਅੰਸ ਮੰਗਿਆ ਵਾ ਐਕਸਪੀਰੀਅੰਸ ਕੋਈ ਨਹੀਂ ਮੰਗਿਆ ਹੋਇਆ ਉਹਨਾਂ ਨੇ ਠੀਕ ਆ ਜੀ ਉਦਾਂ ਜੇ ਤੁਹਾਡੇ ਕੋਲੇ ਹੈਗਾ ਵਾ ਤੁਸੀਂ ਲਿਜਾ ਸਕਦੇ ਹੋ ਤੁਸੀਂ ਦਿਖਾ ਸਕਦੇ ਹੋ ਉਹਦਾ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੁੰਦਾਗਾ ਜੇ ਹੈਗਾ ਅਵੇਲੇਬਲ ਆ ਤੁਹਾਡੇ ਕੋਲੇ ਲੈ ਜੇ ਕੋਈ ਚੱਕਰ ਨਹੀਂਗਾ ਪਰ ਮੰਗਿਆ ਕੋਈ ਨਹੀਂ ਹੈਗਾ ਠੀਕ ਆ ਜੀ ਹਾਂਜੀ ਨੈਕਸਟ ਕਮੈਂਟ ਹੈ ਜੀ ਇੱਕ ਬੱਚੇ ਨੇ ਪੁੱਛਿਆ ਕਿ ਕਾਸਟ ਸਰਟੀਫਿਕੇਟ ਹੈ ਜਿਹੜਾ ਉਹ ਅਪਡੇਟਡ ਚਾਹੀਦਾ ਦੇਖੋ ਜੀ ਚਾਹੀਦਾ ਤਾਂ ਅਪਡੇਟਡ ਆ ਪਰ ਜੇ ਤੁਹਾਡੇ ਕੋਲ ਹੈਗਾ ਵਾ ਹਨਾ ਨਹੀਂ ਅਪਡੇਟ ਕਰਵਾਇਆ ਹੋਇਆ ਕੋਈ ਗੱਲ ਨਹੀਂ ਹੈਗੀ ਤੁਸੀਂ ਉਹ ਵੀ ਲਿਜਾ ਸਕਦੇ ਹੋ ਲੈ ਜਿਓ ਠੀਕ ਹੈ ਜੀ ਸੋ ਬਾਤ ਜੋ ਅਪਡੇਟ ਹੋਈ ਜਾਊਗਾ ਕੋਈ ਨਾ ਜੇ ਤੁਹਾਡੇ ਕੋਲ 4 ਸਾਲ 5 ਸਾਲ 10 ਸਾਲ ਪੁਰਾਣਾ ਕਾਸਟ ਸਰਟੀਫਿਕੇਟ ਆ ਆਪਣਾ ਲੈ ਜਿਓ ਠੀਕ ਹੈ ਜੀ ਹਾਂਜੀ ਇੱਕ ਬੱਚੇ ਨੇ ਪੁੱਛਿਆ ਸੀਗਾ ਵੀ ਐਡਰੈਸ ਕਨਫਰਮ ਕਰ ਦਿਓ ਦੇਖੋ ਜੀ ਇਹ ਜਿਹੜੀ ਡੀਆਰਐਮਈ ਜਿੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਆ ਇਹ ਮੁਹਾਲੀ ਆ ਮੁਹਾਲੀ ਤੁਸੀਂ ਜਾ ਕੇ ਜਿੱਥੇ ਤੁਸੀਂ ਪੀਐਨਆਰਸੀ ਜਿਹੜੇ ਬੱਚੇ ਗਏ ਆ ਹਨ ਪੀਐਨਆਰਸੀ ਗਏ ਹੋਣਗੇ ਅਕਸਰ ਹੀ ਜਿਨ੍ਹਾਂ ਨੇ ਪੀਐਨਆਰਸੀ ਤੋਂ ਜੀਐਨਐਮ ਜਾਂ ਬੀਐਸਸੀ ਨਰਸਿੰਗ ਜਾਂ ਪੋਸਟ ਬੈਸਿਕ ਕੁਝ ਵੀ ਕੀਤਾ ਵਾ ਉਹਨਾਂ ਦਾ ਤਾਂ ਜਿਹੜਾ ਇੱਕ ਅੱਧਾ ਲੱਗਦਾ ਹੀ ਹੁੰਦਾ ਵੀ ਪੀਐਨਆਰਸੀ ਠੀਕ ਹੈ ਜੀ ਉਹਦੇ ਨਾਲ ਵਾਲੀ ਬਿਲਡਿੰਗ ਹੀ ਆ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ DRM-E ਵੈਬਸਾਈਟ ਆ ਮੇਰੀ ਹਰੇਕ ਵੀਡੀਓ ਚ ਉਹਦਾ ਲਿੰਕ ਦਿੱਤਾ ਹੁੰਦਾ ਉਹਦੇ ਤੇ ਕਲਿੱਕ ਕਰਕੇ ਦੇਖ ਲਿਓ ਐਡਰੈਸ ਉੱਥੇ ਸਾਰਾ ਆ ਜਾਂਦਾ ਵਾ ਠੀਕ ਆ ਜੀ ਤੇ ਨੈਕਸਟ ਕੁਇੰਟ ਆਇਆ ਹੋਇਆ ਜੀ ਸਬਜੈਕਟ ਫਿਲ ਕਰਨੇ ਆ ਸਾਰੇ ਅ ਦੇਖੋ ਜੀ ਕਾਲਮ ਨੇ ਜਿਹੜੇ ਉਹ ਛੋਟੇ ਛੋਟੇ ਬਣੇ ਹੋਏ ਆ ਤੁਸੀਂ ਨਾ ਛੋਟਾ ਛੋਟਾ ਬ੍ਰੀਕ ਬ੍ਰੀਕ ਕਰਕੇ ਚਾਹੇ ਸਾਰੇ ਫਿਲ ਕਰ ਦੋ ਚਾਹੇ ਜਿੱਦਾਂ ਜੀਐਨਐਮ ਵਾਲੇ ਆ ਉਥੇ ਸਬਜੈਕਟ ਆਉਂਦਾ ਵਾ ਉਥੇ ਭਰ ਦੋ ਚਾਹੇ ਜੀਐਨਐਮ ਆਲ ਸਬਜੈਕਟ ਬੀਐਸਸੀ ਆਲ ਸਬਜੈਕਟ 12th ਚ ਦੇ ਤਾਂ 4-5 ਹੀ ਹੁੰਦੇ ਆ ਉਹ ਛੋਟੇ-ਛੋਟੇ ਕਰਕੇ ਭਰ ਦੋ ਤੇ 10th ਵਾਲੇ ਆ ਜਿਹੜੇ 10th ਵਾਲੇ ਜੋੜੇ-ਛੋੜੇ ਕਰਕੇ ਭਰ ਦੋ ਪਰ ਉਹ ਜਿਹੜੇ ਵਾਧੂ ਵਿਸ਼ੇ ਜੇ ਹੁੰਦੇ ਆ ਉਹ ਨਾ ਭਰਿਓ ਠੀਕ ਹੈ ਜੀ ਜਿਹੜੇ ਕੰਪਲਸਰੀ ਸਬਜੈਕਟ ਆ ਉਹ ਫਿਲ ਕਰ ਦਿਓ ਭਰੇ ਜਾਂਦੇ ਹੁੰਦੇ ਆ ਛੋਟੇ-ਛੋਟੇ ਕਰਕੇ ਮੈਂ ਵੀ ਕਈ ਵਾਰੀ ਭਰੇ ਨੇ ਠੀਕ ਹੈ ਜੀ ਸੋ ਇਹੀ ਇਨੇ ਕਮੈਂਟ ਮੈਂ ਸਿਲੈਕਟ ਕੀਤੇ ਸੀ ਹੋਪ ਆ ਕਿ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ ਬਾਕੀ ਬੱਚਿਆਂ ਦੇ ਕਮੈਂਟਾਂ ਦਾ ਵੀ ਮੈਂ ਹਰ ਇੱਕ ਕਮੈਂਟ ਦੀ ਕੋਸ਼ਿਸ਼ ਕਰਦਾ ਹਾਂ ਨਾ ਵੀ ਮੈਂ ਸਾਰੇ ਕਮੈਂਟਾਂ ਦਾ ਰਿਪਲਾਈ ਦੇ ਸਕਾਂ ਸੋ ਕਾਫੀ ਬੱਚਿਆਂ ਨੂੰ ਮੈਂ ਨਾਲ ਦੀ ਨਾਲ ਹੀ ਕਮੈਂਟਾਂ ਦਾ ਰਿਪਲਾਈ ਦੇ ਦੇਣਾ ਹਾਂ ਨਾ ਜਿਹੜੇ ਰਹਿ ਜਾਂਦੇ ਆ ਉਹਨਾਂ ਤੇ ਵੀਡੀਓ ਵੀ ਬਣਾ ਦੇਣਾ ਬਾਕੀ ਤੁਹਾਨੂੰ ਰਿਕੁਐਸਟ ਆ ਕਿ ਆਪਣਾ ਇੰਸਟਾਗ੍ਰam ਚੈਨਲ ਆ ਸਾਚੇ ਇੰਸਟਾਗ੍ਰam ਅਕਾਊਂਟ ਅ ਸਟੱਡੀ ਐਂਡ ਕੈਰੀਅਰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜੇ ਮੈਸੇਜ ਕਰਕੇ ਕੁਝ ਪੁੱਛਣਾ ਹੁੰਦਾ ਤਾਂ ਉਹਦੇ ਉਹਨੂੰ ਫਾਲੋ ਕਰਕੇ ਉੱਥੇ ਮੈਸੇਜ ਕਰ ਦਿਓ ਮੈਂ ਸਾਰੇ ਬੱਚਿਆਂ ਦਾ ਰਿਪਲਾਈ ਜ਼ਰੂਰ ਕਰਦਾ ਹਾਂ ਬਾਕੀ ਜੇ ਕੋਈ ਕਦਰ ਹੈ ਵੀ ਜਾਂਦਾ ਹੁੰਦਾ ਤਾਂ ਕੋਈ ਉਹ ਤੋਂ ਉਹਦਾ ਵੀ ਰਿਪਲਾਈ ਕਰ ਦਾਂਗੇ ਕਰਦਾ ਜ਼ਰੂਰ ਹੋਣਾ ਚਾਹੇ ਥੋੜਾ ਟਾਈਮ ਲੱਗ ਜਵੇ ਠੀਕ ਹੈ ਜੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਨਵਾਂ ਨੋਟੀਫਿਕੇਸ਼ਨ ਲੈ ਕੇ ਨਵੀਂ ਇਨਫੋਰਮੇਸ਼ਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲੋ ਜੀ ਧੰਨਵਾਦ